बस ठीक है। फिर मैं थोड़े कोल भी नहीं आती, किसी पासे उठ जाऊंगी आपे। गल कोई नहीं, मैं नहीं रहना इनके नाल, गल मैं रहना ही नहीं इतने, नहीं रहना। मैं ते मैनू कहन लग गई है हुण भी, कहिंदी मैं रहना नहीं इत्थे, कहिंदी हुण मैनू छड्ड के आ, कहिंदी हाँ जी, वेलकम है ਤੁਹਾਡਾ ਸਾਡੇ ਚੈਨਲ ਤੇ। ਹੋਪ ਤੁਸੀਂ ਸਭ ਵਧੀਆ ਤੇ ਕੈਟ ਹੋਗੇ। ਆਪਾਂ ਥੋੜੇ ਜਿਹੇ ਢਿੱਲੇ ਆ, ਜਿੱਦਣ ਦੇ ਅਸੀਂ ਜੋਧਪੁਰ ਤੋਂ ਆਏ ਆ, ਮੈਂ ਠੀਕ ਨਹੀਂ ਹੈਗੀ, ਮੇਰਾ ਗਲਾ ਵਗੈਰਾ ਜਿਹੜਾ ਖਰਾਬ ਹੋਇਆ ਪਿਆ ਵਾ, ਤੇ ਬਾਕੀ ਸਾਡਾ ਮੂਡ ਵੀ ਨਹੀਂ ਕਰਦਾ ਵਲੌਗ ਬਣਾਉਣ ਨੂੰ। ਵਲੌਗ ਬਣਾਉਣ ਨੂੰ ਤਾਂ ਨਹੀਂ ਮੂਡ ਕਰਦਾ, ਕਿਉਂਕਿ ਤੁਸੀਂ ਸਾਡੇ ਵਲੌਗ ਨੂੰ ਪਿਆਰ ਹੁਣ ਘੱਟ ਦਿੰਦੇ ਹੋ, ਸਪੋਰਟ ਨਹੀਂ ਦਿੰਦੇ ਤੁਸੀਂ। ਤਾਂ ਫਿਰ ਕੋਈ ਫਾਇਦਾ ਨਹੀਂ ਹੈ। ਜਾਂ ਤਾਂ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਿਆ ਕਰੋ ਨਾ। ਕਰ ਲਿਆ ਬ੍ਰੇਕਫਾਸਟ, ਹੋ ਗਿਆ ਡਨ ਆਪਣਾ, ਅਤੇ ਹੁਣ ਦੇਖਦੇ ਹਾਂ ਰਸੋਈ 'ਚ ਕੀ ਕਰੀ ਜਾਂਦੇ ਆ ਉਹ, ਅਤੇ ਬਾਕੀ ਬਣਾਉਂਦੇ ਹਾਂ ਅੱਜ ਵਲੋਗ ਆਪਾਂ ਨਵਾਂ, ਅਤੇ ਸਾਡੇ ਵਲੋਗ ਨਾਲ ਜੁੜੇ ਰਹੋ ਅਤੇ ਸਾਡੇ ਵਲੋਗ ਨੂੰ ਸਪੋਰਟ ਕਰਿਆ ਕਰੋ ਯਾਰ। ਤੁਸੀਂ ਸਪੋਰਟ ਹੀ ਨਹੀਂ ਕਰਦੇ, ਪਤਾ ਨਹੀਂ ਕੀ ਹੋ ਗਿਆ ਹੁਣ ਤੁਹਾਨੂੰ, ਪਤਾ ਨਹੀਂ ਜ਼ਿਆਦਾ ਵਧੀਆ ਨਹੀਂ ਲੱਗਦੇ। ਫਿਰ ਤੁਸੀਂ ਦੱਸੋ ਕਿਵੇਂ ਬਣਾਇਆ ਕਰੀਏ ਵਧੀਆ, ਫਿਰ ਉਹਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜਿਨ੍ਹਾਂ ਨੇ ਨਹੀਂ ਕੀਤਾ। ਅਤੇ ਗੀਜ਼ਰ ਕਾ ਤਾਂ ਛੱਡਿਆ, ਹੁਣ ਵੀ ਠੰਡਾ ਹੁੰਦੀ ਆ ਹੈ, ਠੰਡੇ ਪਾਣੀ ਨਾਲ ਕਿਤੋਂ ਤੇ ਨਹੀਂ ਜਾਂਦੇ, ਨਹੀਂ ਗੀਜ਼ਰ ਛੱਡ ਦਿੰਦੇ ਹੋ, ਪਤਾ ਨਹੀਂ ਕੀ ਹੋਇਆ ਜਿੰਨਾ ਨਹੀਂ ਭਾਂਡੇ ਤੋਂ ਗਿੱਜੇ ਹੋਏ ਆ। ਹੁਣ ਤਾਂ ਗਰਮੀਆਂ ਆ ਗਈਆਂ, ਠੰਡ ਆ ਹਜੇ, ਹਾਂ ਐਵੇਂ ਠੰਡ ਹੋਰ ਗਰਮੀਆਂ ਆ ਚੁੱਕੀਆਂ, ਹੁਣ ਗੀਜ਼ਰ ਬੰਦ ਕਰ ਦਿਆ ਕਰੋ ਕਾਕੇ। ਤੁਸੀਂ ਨਾ ਆਇਆ ਕਰੋ, ਓਏ ਕਾਕੇ ਨੂੰ ਜ਼ੁਕਾਮ ਲੱਗਾ, ਨਲੀ ਡਿੱਗੀ ਜਾਂਦੀ ਕਾਕੇ ਦੀ ਸਾਡੇ ਵੀ ਅੱਜ, ਛੇਤੀ ਗੁੱਸੇ ਵੀ ਹੋ ਜਾਂਦੀ ਹੈ ਮਿੰਟ ਮਿੰਟ ਉੱਤੇ, ਮਾੜੀ ਜਿਹੀ ਗੱਲ ਪੈ ਦੋ ਕਾਕੇ, ਹੱਪ ਕਰ ਦੇ ਸਾਡੇ, ਹੱਪ ਹੱਪ ਕਰ ਦੇ, ਕਰ ਕਰ, ਇਹਨੂੰ ਤਾਂ ਹੁਣ ਰੋਟੀ ਲੱਭ ਗਈ ਆ, ਨਹੀਂ ਦੇਣੀ ਨਹੀਂ ਦੇਣੀ ਤੈਨੂੰ ਅਸੀਂ। ਲਓ ਜੀ ਤੁਹਾਨੂੰ ਇੱਕ ਗੱਲ ਸੁਣਾਉਂਦਾ ਮੈਂ, ਸੁਣਿਆ ਕੀ ਗੱਲ, ਤੇਰੇ ਚਾਹ ਲੈਣਾ ਚਾਹ ਲੈਣਾ, ਸੁਣ, ਆਟਾ ਜਿਹਨੂੰ ਗੁੰਨਣਾ ਨਹੀਂ ਆਉਂਦਾ ਪਰਾਤ ਲਵੇੜ ਦਿੰਦੀ ਸਾਰੀ ਆ, ਦਾਲ ਦੇ ਵਿੱਚ ਖੰਡ ਪਾ ਦਿੰਦੀ ਚਾਹ ਬਣਾਉਂਦੀ ਕਰਾਰੀ ਆ, ਜਦੋਂ ਖਾਂਦੀ ਹੱਕੜ ਭੱਜਦੀ ਮੈਦੇ ਵਿੱਚ ਉਹਦੇ ਖਰਾਬੀ ਆ, ਮੈਂ ਜਿਹਦੀ ਗੱਲ ਕਰ ਰਿਹਾ ਉਹ ਤੁਹਾਡੀ ਆਪਣੀ ਭਾਬੀ ਆ। ਅੱਜ ਨਾ ਅਸੀਂ ਥੋੜੇ ਸੁਸਤ ਜਿਹੇ ਆ, ਪਤਾ ਨੀ ਕੀ ਗੱਲ, ਕੋਈ ਗੱਲ ਹੀ ਨੀ ਨਿਕਲ ਰਹੀ ਮੂੰਹ ਚੋਂ, ਤੇ ਹੁਣ ਹੌਲੀ ਹੌਲੀ ਐਕਟਿਵ ਜੇ ਹੋਵਾਂਗੇ। ਇਹ ਤਾਂ ਨਵੀਂ ਚੋਪੜ ਨਾ, ਇਹਨਾਂ ਦਾ ਤਾਂ ਕੋਈ ਪਤਾ ਨੀ ਬੋਲ ਹੀ ਨਿਕਲਿਆ ਮੂੰਹ ਚੋਂ, ਪਤਾ ਨੀ ਕੀ ਹੋ ਗਿਆ ਇਹਨਾਂ ਨੂੰ, ਜਮੀ ਸੰਗ ਗਏ ਤਾਂ, ਮੈਂ ਤਾਂ ਕੋਈ ਸੰਗ ਪੂਰੀ ਇਹਨਾਂ ਦੇ ਸਿਰ ਤੇ ਚੜ ਚੁੱਕੀ ਆ, ਜਿਹੜੇ ਕਰਕੇ ਬੋਲ ਨੀ, ਕੀ ਗੱਲ ਹੁਣ ਪੁੱਛ ਲਾਉਣ ਲੱਗ ਗਏ ਹੋ ਹੈਂ ਹੈਂ, ਥੋੜਾ ਉੱਚੀ ਬੋਲਿਆ ਕਰੋ, ਤੁਹਾਡੀ ਆਵਾਜ਼ ਇੱਥੇ ਤੱਕ ਪਹੁੰਚਦੀ 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 ਪਹੁੰਚਦੀ, ਜਮੇ ਡਿਮ ਹੋਣੀ ਹਜੇ ਵੀ ਨਹੀਂ ਆਈ, ਮੇਰੇ ਗੱਲਾਂ ਖਰਾਬ, ਹਾਂ ਹੁਣ ਆਈ ਆ। ਦੇਖੋ ਚਾਚੀ ਦੇ ਭਤੀਜਾ ਤਾਸ਼ ਖੇਡੀ ਜਾਂਦੇ ਦੋਨੇ ਜਣੇ, ਚੱਲ ਤੂੰ ਵੀ ਛੱਟ ਪੱਤਾ, ਦੋਨਾਂ ਨੂੰ ਜ਼ੁਕਾਮ ਹੋਇਆ ਪਿਆ, ਦੋਨੇ ਇੱਕੋ ਨਾਲ ਦੇ ਬਿਮਾਰ ਬੰਦੇ, ਇਹਨਾਂ ਦੋਨਾਂ ਤੋਂ ਮੈਨੂੰ ਹੋ ਗਿਆ, ਕਿਉਂਕਿ ਇਹਨਾਂ ਦੋਨਾਂ ਦਾ ਜੂਠਾ ਮੈਨੂੰ ਖਾਣਾ ਪੈਂਦਾ, ਖਾਣਾ ਹੀ ਪੈਂਦਾ, ਬਚਾ ਦਿੰਦੇ ਦੋਨੇ ਜਣੇ, ਬੋਲਣ ਨੂੰ ਦਿਲ ਸਾਹ ਹੀ ਨਹੀਂ ਆਉਂਦਾ ਤੁਹਾਨੂੰ, ਆਹ ਦੇਖੋ ਕਿੰਨਾ ਔਖਾ ਸਾਹ ਲੈਂਦਾ, ਤਾਂ ਵੀ ਖੜਦਾ ਨਹੀਂ ਹੈ ਟਿੱਡੂ, ਉਹ ਟਿੱਡੂ ਤੈਨੂੰ ਸਾਹ ਨਹੀਂ ਆਉਂਦਾ, ਸਾਹ ਨਹੀਂ ਆਉਂਦਾ ਤੈਨੂੰ, ਦੇ ਦੇ ਮੈਨੂੰ, ਆਇਆ ਤੇਰਾ ਨੱਕ ਫੜਾ, ਨੱਕ ਫੜਾ ਤੇਰਾ ਨੱਕ, ਦੱਸੋ ਛੋਟੇ ਹੁੰਦੇ ਜਦੋਂ ਕੋਲਡ ਲੱਗਦਾ ਹੁੰਦਾ ਜੀ ਮਾਰਦੇ ਹੁੰਦੇ ਸੀ ਨੱਕ ਤੇ, ਆਹ ਦੇਖੋ ਤਾਸ ਦਿੱਤੀ ਪੈ ਗਿਆ ਲੰਮੇ, ਸਾਰੀਆਂ ਤੂੰ ਪਾੜ ਦੇਣੀਆਂ ਟਿੱਡਿਆ, ਕੋਈ ਨੀ ਮਾਰਦੇ, ਆਹ ਦੇਖ ਪਿਆ ਦੇਖੀ, ਜ਼ੁਕਾਮ ਠੀਕ ਹੋ ਗਿਆ ਤੁਹਾਡਾ,
ਹੈ ਦਹੀਂ ਖਾਈ ਜਾਂਦੇ ਨੇ ਠੰਡਾ ਠੰਡਾ ਹੁਣ ਲੱਗਿਆ ਰੋਟੀ ਖਾਣ ਦੁਪਹਿਰ ਦੀ ਅਤੇ ਹੁਣ ਜ਼ੁਕਾਮ ਇਹਨਾਂ ਨੂੰ ਲੱਗਿਆ ਪਿਆ ਤਾਂ ਵੀ ਦਹੀਂ ਖਾਈ ਜਾਂਦੇ ਆ ਇੱਕ ਉਹ ਦਵਾਈ ਪੀ ਜਾਂਦਾ ਆਪਦੀ ਉਹੀ ਸ਼ੀਸ਼ੀਆਂ ਫੜ ਫੜ ਕੇ ਟਿੱਡੂ ਚਲੋ ਜੀ ਆ ਜੀ ਸਤਿ ਸ਼੍ਰੀ ਅਕਾਲ ਬੱਟੀ ਜੀ ਧੁੱਪੇ ਪਸੀਨੋ ਪਸੀਨੇ ਹੋ ਗਿਆ ਮੈਂ ਅਤੇ ਇਹਨੂੰ ਮਸਾਂ ਅੰਦਰ ਲੈ ਕੇ ਆਇਆ ਕਹਿੰਦੀ ਮੈਨੂੰ ਤਾਂ ਨਹੀਂ ਪਸੀਨਾ ਆਇਆ ਮੈਨੂੰ ਉਹ ਪਸੀਨੋ ਪਸੀਨੇ ਤਬਾਹ ਕੇ ਬਿਠਾਈ ਰੱਖਿਆ ਬਿਠਾ ਹੀ ਰੱਖਿਆ ਉੱਥੇ ਉਹ ਅੱਜ 1 April ਹੈ ਨਾ ਅੱਜ ਆਪਾਂ ਕੋਈ ਮਜ਼ਾਕ ਕਰੀਏ ਫਿਰ ਕਿਸੇ ਨਾਲ ਆਪਾਂ ਕਹਿੰਦੇ ਸਹੁਰੇ ਪਰਿਵਾਰ ਨਾਲ ਹੀ ਕਰ ਲੈਂਦੇ ਮੰਮੀ ਹੋਣਾਂ ਨਾਲ ਕੀ ਕਰੂੰਗੀ ਇਹਨੂੰ ਮੈਂ ਦੇਖਿਆ ਸ਼ਿਕਾਇਤਾਂ ਲਾ ਦੂੰਗਾ ਉਹੀ ਜਾਣ ਕੇ ਮੇਰੇ ਨਾਲ ਆਈ ਕਹਿੰਦੀ ਹੈ ਵੀ ਮੈਂ ਤਾਂ ਡਿਵੋਰਸ ਲੈਣ ਮਜ਼ਾਕ ਕਰਦੇ ਹਾਂ ਇੱਧਰ ਮੰਮੀ ਨਾਲ ਇਹਨਾਂ ਦੇ ਜਿਹੜੇ ਮੇਰੇ ਸੱਸ ਹੈ ਉਹਨਾਂ ਨਾਲ ਮਜ਼ਾਕ ਕਰਦੇ ਹਾਂ ਹੁਣ ਆਪਾਂ ਉਹਨਾਂ ਨੂੰ ਮੈਂ ਕਹੂੰਗਾ ਵੀ ਇਹ ਕਹਿੰਦੀ ਮੈਂ ਡਿਵੋਰਸ ਲੈਣਾ ਮੇਰੇ ਤੋਂ ਹੁਣ ਦੇਖਦੇ ਹਾਂ ਕੀ ਰਿਐਕਸ਼ਨ ਹੋਊਗਾ ਉਹਨਾਂ ਦਾ ਅਤੇ ਇਹਨੂੰ ਕੀ ਗਾਲਾਂ ਮਿਲਦੀਆਂ ਠੀਕ ਹੈ ਹੁਣ ਫੋਨ ਲਾਉਣ ਲੱਗੇ ਨੇ ਮੰਮੀ ਉਹਨਾਂ ਨੂੰ ਮੰਮੀ 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 ਮੋਮ ਆ ਜਾ ਮੋਮ ਛੇਤੀ ਹੋਰ ਹੀ ਨੰਬਰ ਨਿਕਲਿਆ ਮੋਮ ਦੀ ਜਗ੍ਹਾ ਤੇ ਗੁਲਾਬ ਦੇ ਨਾਲ ਹੀ ਐਂਟਰ ਹੋ ਗਿਆ ਸੀ ਹੈਲੋ ਹਾਂਜੀ ਮੰਮੀ ਸਤਿ ਸ਼੍ਰੀ ਅਕਾਲ ਹਾਂਜੀ ਠੀਕ ਆ ਤੁਸੀਂ ਦੱਸੋ ਠੀਕ ਹੋ ਹੁਣ ਅੱਛਾ ਕੀ ਕਰੀ ਜਾਂਦੇ ਸੀ ਅੱਛਾ ਮੈਂ ਗੱਲ ਕਰਨੀ ਤੁਹਾਡੇ ਨਾਲ ਇੱਕ ਹਰਪ੍ਰੀਤ ਬਾਲਾ ਉਹ ਕਰਨ ਲੱਗ ਗਈਆਂ ਹੁਣ ਮੇਰੇ ਨਾਲ ਲੜ ਪੈਂਦੀਆਂ ਉਵੇਂ ਬੋਲਣ ਲੱਗ ਜਾਂਦੀਆਂ ਮੈਨੂੰ ਕਿਸੇ ਕੋਲ ਖੜਾ ਨਹੀਂ ਦੇਖਦੀਆਂ ਐਂ ਨਹੀਂ ਦੇਖਦੀ ਵੀ ਕੋਈ ਕੌਣ ਕੋਲ ਖੜਾ ਕਿਵੇਂ ਆ ਸਿੱਧਾ ਲੱਗ ਜਾਂਦੀਆਂ ਬੋਲਣ ਉੱਚੀ ਉੱਚੀ ਖਿੱਚ ਖਿੱਚ ਕੇ ਅਤੇ ਮੈਨੂੰ ਕਹਿਣ ਲੱਗ ਗਈ ਆ ਹੁਣ ਵੀ ਕਹਿੰਦੀ ਮੈਂ ਰਹਿਣਾ ਨਹੀਂ ਇੱਥੇ ਕਹਿੰਦੀ ਹੁਣ ਮੈਂ ਇਹਨੂੰ ਛੱਡ ਕੇ ਆ ਕਹਿੰਦੀ ਹਾਂ ਹੋਰ ਮੈਨੂੰ ਕਹਿੰਦੀ ਮੈਂ ਤਾਂ ਹੁਣ ਰਹਿਣਾ ਨਹੀਂ ਗਾ ਇੱਥੇ ਅਤੇ ਕਹਿੰਦੀ ਮੈਂ ਤਾਂ ਛੱਡਿਆ ਬਸ ਕਹਿੰਦੀ ਇਹੋ ਜਿਹੀਆਂ ਗੱਲਾਂ ਕਰਦੀ ਆ ਹੁਣ ਫਿਰ ਮੈਂ ਕੀ ਕਹਾਂ ਫਿਰ ਇਹਨੂੰ ਹੈ ਕਿਹਨੂੰ ਕੀ ਪਤਾ ਮੈਨੂੰ ਤਾਂ ਮਜ਼ਾਕ ਦੀ ਮੈਨੂੰ ਤਾਂ ਖਿੱਚ ਖਿੱਚ ਕੇ ਬੋਲਦੀ ਆ ਮੇਰੇ ਤੋਂ ਤਾਂ ਬੋਲਦੀ ਨਹੀਂ ਇਹ ਕਹਿੰਦੀ ਮੈਨੂੰ ਬਸ ਜੇ ਤਾਂ ਰੱਖਣਾ ਕਹਿੰਦੀ ਰੱਖ ਲਾ ਨਹੀਂ ਕਹਿੰਦੀ ਤੂੰ ਵੀ ਘਰੋਂ ਕੱਢ ਦੇ ਮੈਨੂੰ ਐਂ ਕਰੀ ਜਾਂਦੀ ਹੁਣ ਹਾਂ ਆ ਕਰ ਲਓ ਗੱਲ ਪਰ ਕਰਦੀ ਨਹੀਂ ਕਹਿੰਦੀ ਮੈਂ ਨਹੀਂ ਕਰਨੀ ਗੱਲ ਹੁਣ ਕਰ ਗੱਲ ਕਰ ਹੈਲੋ ਕਰਾ ਹੈਲੋ ਹੈਲੋ ਹਾਂ ਕੀ ਗੱਲ ਆ ਦੱਸ ਹੁਣ ਕੀ ਗੱਲ ਆ ਕੋਈ ਨਹੀਂ ਹੈ ਹੈਲੋ ਕੋਈ ਗੱਲ ਨਹੀਂ ਤੇ ਫੇਰ ਬੋਲਦੀ ਕਿਉਂ ਬੋਲਣ ਵਾਸਤੇ ਲਾਇਆ ਮੂੰਹ ਜੇ ਬੋਲੂ ਤੇ ਮੈਂ ਵੀ ਬੋਲੂ ਤੇ ਜਦੋਂ ਇਹ ਬੋਲੂ ਤੇ ਫਿਰ ਮੈਂ ਵੀ ਬੋਲੂਗੀ ਮੈਂ ਰਹਿਣਾ ਹੀ ਨੀ ਇੱਥੇ ਨਹੀਂ ਰਹਿਣਾ ਨਿਕਲ ਲੈਣੀ ਆ ਕੋਈ ਨੀ ਮੈਂ ਨਹੀਂ ਰਹਿਣਾ ਇਹਦੇ ਨਾਲ ਇੱਥੇ ਰਹਿ ਲੂੰਗੀ ਇੱਥੇ ਦੱਸ ਦੇ ਰੱਖ ਲੇਗਾ ਤਾਂ
बस ठीक है। फिर मैं थोड़े कोल भी नहीं आती, किसी पासे उठ जाऊंगी आपे। एनू भी रखी बैठे हैं, जे मेनू रख लोगे तां की हो जूगा। कोई साडे कोले है नहीं सी गल ब्लॉग। ਸਾਡੇ ਇੱਥੇ ਵਿਸਾਖੀ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਤੇ ਚੱਲ ਪਈਆਂ। ਆ ਦੇਖੋ ਦੁਕਾਨਾਂ ਲੱਗ ਗਈਆਂ ਇੱਧਰ। ਆਹ ਕਾਹਦੀ ਦੁਕਾਨ ਆ? ਇਹ ਕਾਹਦੀ ਆ? ਇਹ ਤਾਂ ਪ੍ਰਸ਼ਾਦ ਵਾਲੀ ਆ, ਕੈਂਡੀਆਂ ਵਾਲੀ ਆ। ਤੇ ਉਹ ਦੇਖੋ ਕੀਮਤਰੀ ਸਾਹਮਣੇ, ਪਿੱਛੇ ਵੀ ਦੁਕਾਨਾਂ ਆ ਗਈਆਂ, ਬਸ ਬੰਦ ਆ ਕਰਾਂ ਤਾਂ। ਹਾਂ ਦੇਖੋ ਸਸਤਰਾਂ ਦੀ ਉਹ ਤਾਂ ਆ ਗਈਆਂ ਦੁਕਾਨਾਂ, ਫਿਲਮ ਦਿਖਾਈ ਜਾਂਦੇ ਅੱਜ। ਆਹ ਦੇਖੋ ਇਹ ਤੂਫਾਨ ਸਿੰਘ ਮੂਵੀ ਚੱਲੀ ਜਾਂਦੀ। ਉਹ ਤੁਹਾਡੀ ਰੱਖਿਆ ਲਈ ਹੈ, ਸਾਡੀ ਲੜਾਈ ਕੋਈ ਅੱਜ ਦੀ ਲੜਾਈ ਨਹੀਂ। ਦਰਸ਼ਕ ਬੈਠੇ ਆ, ਸੰਗਤ ਬੈਠੀ ਆ, ਜੋ ਜ਼ੁਲਮ ਦੇ ਖਿਲਾਫ। ਰਣਜੀਤ ਬਾਵੇ ਦੀ ਮੂਵੀ ਹੈ ਜਿਹੜੀ, ਤੂਫਾਨ ਸਿੰਘ। ਇਹ ਲੜਾਈ ਉਦੋਂ ਤੱਕ ਚੱਲਦੀ ਰਹਿਣੀ ਆ ਜਦੋਂ ਤੱਕ ਜਾਲਮ ਜਿਉਂਦੇ ਸੰਗਤ ਖੜ ਕੇ ਫਿਲਮ ਦੇਖਣ ਵਾਸਤੇ ਤੱਕ ਜਾਵਾ ਜਾਂਦੇ ਆ। ਵਾਹਿਗੁਰੂ ਜੀ ਕਾ ਖਾਲਸਾ। ਦਰਬਾਰ ਸਾਹਿਬ ਦੇ ਗੇਟ ਤੇ ਲੱਗੇ आ गए सी गेड़ा कढ के। तो हूँ आप इत करते हैं अज के ब्लॉग का एंड। जो थोड़ा साडा अज का ब्लॉग वधिया लगे हो तो प्लीज़ चैनल में लाइक शेयर कमेंट एंड सबसक्राइब जरूर कर दियो। तो सपोर्ट प्लीज़ जरूर करया करो, तुम घट कर दौ हूँ साडे चैनल में। तो प्लीज़ सपोर्ट करया करो। तो कल मिलते थोड़ा नवे ब्लॉग नाल।